ਅਗਲੀ ਖਬਰ ਦੋਸਤੋ ਅਮਰੀਕਾ ਦੀ ਹੈ ਅ ਅਮਰੀਕਾ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਟੈਕ ਕੰਪਨੀਆਂ ਸੜੀਆਂ ਉਹ ਕੱਢਣੀਆਂ ਲੋਕਾਂ ਨੂੰ ਉਹਨਾਂ ਨੇ ਕੱਢਣਾ ਸ਼ੁਰੂ ਕਰਤਾ ਆਪਾਂ ਪਿੱਛੇ ਗੱਲ ਕਰਕੇ ਹਟਿਆ ਕਿ ਜਿਹੜੇ ਇੰਟਰਸਟ ਰੇਟ ਵਧਾ ਕੇ ਇਹਨੂੰ ਕੰਟਰੋਲ ਕੀਤਾ ਜਾ ਰਿਹਾ ਹੈ ਮਹंगाई ਨੂੰ ਅਮਰੀਕਾ ਦੇ ਵਿੱਚ ਵੀ ਇਹੀ ਕੁਝ ਹੋ ਰਿਹਾ ਉੱਥੇ ਵੀ ਇੰਟਰਸਟ ਰੇਟ ਵਧ ਰਹੇ ਆ ਤੇ ਅਲਟੀਮੇਟਲੀ ਉਹਦੇ ਨਾਲ ਹੋ ਕੀਗਾ ਕਿ ਰੈਸੈਸ਼ਨ ਆ ਰਿਹਾ ਹੁਣ ਰੈਸੈਸ਼ਨ ਜਦੋਂ ਆ ਰਿਹਾ ਤੇ ਉਹਦੇ ਨਾਲ ਕੰਪਨੀਆਂ ਨੇ ਵਰਕਰ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਇੱਥੇ ਇਹ ਵੀ ਗੱਲ ਧਿਆਨ ਦੇਣ ਵਾਲੀ ਹੈ ਕਿ ਸਾਰੇ ਵਰਕਰ ਉੱਥੇ ਪੱਕੇ ਨਹੀਂ ਆ ਗ੍ਰੀਨ ਕਾਰਡ ਜਾਂ ਸਿਟੀਜ਼ਨ ਨਹੀਂ ਹੁੰਦੇ ਉੱਥੋਂ ਦੇ ਬਹੁਤ ਸਾਰੇ ਲੋਕ ਕੰਮ ਕਰਦੇ ਉੱਤੇ ਜਿਹੜਾ ਵਰਕ ਵੀਜ਼ਾ ਉਹਦੇ ਉੱਤੇ ਆਏ ਹੁੰਦੇ ਤੇ ਜਿਹੜਾ H1B ਵਰਕ ਵੀਜ਼ਾ ਸਪਾਂਸਰਸ਼ਿਪ ਆ ਉਹ ਉੱਥੇ ਇੱਕ ਖਾਸ ਸਪਾਂਸਰਸ਼ਿਪ ਆ ਜਿਹਦੇ ਤਹਿਤ ਲੋਕ ਕੰਮ ਕਰਦੇ ਮਤਲਬ ਉੱਥੇ ਹੁਣ ਇਹਨਾਂ ਟੈਕ ਕੰਪਨੀ ਦੇ ਦਾ ਆਪਣੇ EMPLOYEES ਨੂੰ ਕੱਢਣ ਦਾ ਦੋਹਰਾ ਅਸਰ ਇਹਨਾਂ ਵਰਕਰਸ ਦੇ ਉੱਤੇ ਪੈ ਰਿਹਾ ਇੱਕ ਤਾਂ ਨੌਕਰੀ ਜਾ ਰਹੀ ਹੈ ਦੂਜਾ ਉਹਨਾਂ ਦਾ ਦੇਸ਼ ਦੇ ਵਿੱਚ ਰਹਿਣਾ ਮੁਸ਼ਕਲ ਹੋ ਰਿਹਾ ਵੀ ਉਹਨਾਂ ਨੂੰ ਇੱਥੋਂ ਕੱਢਿਆ ਜਾ ਰਿਹਾ ਵੀ ਤੁਸੀਂ ਇੱਥੋਂ ਜਿਹੜਾ ਚਲੇ ਜਾਓ ਕਿਉਂਕਿ ਤੁਹਾਡੇ ਕੋਲ ਵੀਜ਼ਾ ਹੀ ਹੈ ਨਹੀਂ ਜਿਹੜਾ H1B ਵਰਕ ਵੀਜ਼ਾ ਸਪਾਂਸਰਸ਼ਿਪ ਆ ਉਹ ਯੂਐਸ ਦੇ ਵਿੱਚ ਰਹਿਣ ਦੇ ਲਈ ਉਹਨਾਂ ਨੂੰ ਅਲਾਉ ਕਰਦਾ ਹੈ ਪਰ ਤੁਹਾਨੂੰ ਇੱਕ ਸਬੂਤ ਦੇਣਾ ਪੈਂਦਾ ਕਿ ਤੁਹਾਡਾ ਇੱਕ ਲੌਂਗ ਟਰਮ ਜਿਹੜੀ ਵਰਕ ਅਸਾਈਨਮੈਂਟ ਹੈਗੀ ਆ ਤਾਂ ਕਿ ਤੁਸੀਂ ਆਪਣੀ ਲੀਗੈਲਿਟੀ ਉੱਥੇ ਰਹਿਣ ਦੀ ਮੇਨਟੇਨ ਕਰ ਸਕੋ ਹੁਣ ਜਦੋਂ ਲੇ ਆਫ ਹੋਣ ਲੱਗ ਪਈ ਵੀ ਤੁਹਾਡੇ ਹੱਥ ਦੇ ਵਿੱਚ ਉਹ ਕਾਗਜ਼ ਫੜਾ ਦਿੱਤਾ ਕਿ ਤੁਹਾਡੇ ਹੁਣ ਲੋੜ ਨਹੀਂ ਆ ਤੁਸੀਂ ਕੰਮ ਤੋਂ ਨਿਕਲ ਗਏ ਤਾਂ ਉਸ ਵੇਲੇ ਕੁਦਰਤੀ ਤੌਰ ਦੇ ਉੱਤੇ ਉਹਨਾਂ ਦੀਆਂ ਜਿਹੜੀਆਂ ਵੀਜ਼ੇ ਆ ਉਹ ਵੀ ਖਤਰੇ ਦੇ ਵਿੱਚ ਪੈ ਗਏ ਤੇ ਉਹਨਾਂ ਨੂੰ ਵਾਪਸ ਆਪਣੇ ਆਪਣੇ ਦੇਸ਼ਾਂ ਦੇ ਵਿੱਚ ਮੁੜਨਾ ਪੈ ਸਕਦਾ ਤੇ ਪੈ ਰਿਹਾ ਵੀ ਹੈ ਹੁਣ ਤੱਕ ਦੀਆਂ ਜਿਹੜੀਆਂ ਕੁਸ਼ ਰਪੋਰਟਾਂ ਨੇ ਉਹਦੇ ਅਨੁਸਾਰ 32000 ਰਿਪੋਰਟ ਆਈਆਂ ਇਹਦੀਆਂ ਟੈਕ ਲੇ ਆਫਸ ਦੀਆਂ ਤੇ ਹੋਰ ਬਹੁਤ ਸਾਰੀਆਂ ਜਿਹੜ ਉਹਨੇ ਸ케ਜੂਲ ਕੀਤੀਆਂ ਜਿਹੜੇ ਉਹਨੇ ਨੌਕਰੀਆਂ ਤੋਂ ਕੱਢ ਦੇਣੇ ਆ ਅਗਲੇ ਸਾਲ ਬਹੁਤ ਵੱਡੇ ਸਕੇਲ ਦੇ ਉੱਤੇ ਜਿਹੜੀ ਹਾਇਰਿੰਗ ਹੁੰਦੀ ਸੀ ਉਹ ਰੋਕ ਦਿੱਤੀ ਗਈ ਹੈ ਚਾਹੇ ਉਹ ਐਪਲ ਆ ਤੇ ਚਾਹੇ ਆ ਫੇਸਬੁੱਕ ਵਾਲੀ ਮੈਟਾ ਆ ਇਹਨਾਂ ਨੇ ਹਾਇਰਿੰਗ ਨਹੀਂ ਅੱਗੇ ਕਰ ਰਹਾ ਚਾਹੇ ਐਮਾਜ਼ਨ ਆ ਦੂਜੇ ਆ ਉਹਨਾਂ ਨੇ ਟੋਟਲ ਜਿਹੜੇ ਬਹੁਤ ਹਾਈ ਲੈਵਲ ਮਤਲਬ ਇਹ ਜਿਹੜੇ ਲੋਕ ਕੁਆਲੀਫਾਈਡ ਲੋਕ ਨੇ ਇਹਨਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ ਤੇ ਹੁਣ ਕੰਪਨੀਆਂ ਕਹਿ ਰਹੀਆਂ ਵੀ ਦੁੱਖਤ ਸਾਨੂੰ ਹੈਗਾ ਅਸੀਂ ਇਹਨਾਂ ਨੂੰ ਕੱਢ ਰਹੇ ਆ ਪਰ ਜਿਹੜਾ ਇਹਦਾ ਹੋ ਕੁਛ ਨਹੀਂ ਸਕਦਾ ਤੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਵੀਜ਼ਾ ਇਹ ਕਿਦਾਂ ਮੇਨਟੇਨ ਕਰਕੇ ਆਪਣਾ ਰੱਖ ਸਕਦੇ ਆ ਵੱਡੀ ਇਹਨਾਂ ਦੇ ਲਈ ਸਮੱਸਿਆ ਹੈ ਜਿੱਥੇ ਬਹੁਤ ਵੱਡੇ ਸਕੇਲ ਦੇ ਉੱਤੇ ਕੰਪਨੀਆਂ ਨੇ ਉੱਥੇ ਜਿਹੜੀਆਂ ਛੋਟੇ ਪੱਤਰ ਦੇ ਉੱਤੇ ਵੀ ਨੌਕਰੀਆਂ ਜਿਹਦੇ ਆ ਜਾਂ ਟਵਿੱਟਰ ਨੈਟਫਲਿਕਸ ਜਿਹੜੇ ਆਹ ਜਿੰਨਾ ਕੁ ਸੀਗਾ ਜਿਨ੍ਹਾਂ ਨੇ ਆਹ ਕੋਵਿਡ-19 ਦੇ ਬਿਲੇ ਬਹੁਤ ਜ਼ਿਆਦਾ ਹਾਇਰਿੰਗ ਕਰ ਲਈ ਸੀ ਹੁਣ ਉਹਨਾਂ ਨੂੰ ਦੇਖਣਾ ਪੈ ਰਿਹਾ ਕਿ ਕਿਹੜੀ ਤਰੀਕੇ ਨਾਲ ਕੱਢਦੇ ਆ ਸੋ ਜਿਹੜੇ ਇਹ ਵੀਜ਼ਾ ਹੋਲਡਰਸ ਨੇ ਇਹਨਾਂ ਦੇ ਕੋਲ ਅਮਰੀਕਾ ਦੇ ਵਿੱਚ ਐਸ ਵੇਲੇ ਸਮੱਸਿਆ ਆ ਰਹੀ ਆ ਕਿ ਅਸੀਂ ਇਹਨਾਂ ਚੀਜ਼ਾਂ ਦੇ ਨਾਲ ਕਿਸ ਤਰ੍ਹਾਂ ਆਪਣੇ ਵੀਜ਼ੇ ਨੂੰ ਮੇਨਟੇਨ ਕਰਨਾ ਤੇ ਲੀਗਲੀ ਅਸੀਂ ਕਿੰਨਾ ਚਿਰ ਇੱਥੇ ਅਮਰੀਕਾ ਦੇ ਵਿੱਚ ਰਹਿ ਸਕਦੇ ਆ ਦੋਸਤੋ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਤੇ ਸੋਮਵਾਰ ਤੋਂ ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ